ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ਨ ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ਨ ਸੰਗਰੂਰ ਚੈਨਲ ਦੇ ਬਹੁਤ ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ ਨਵੇਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਦਿੱਤਾ ਗਿਆ ਲਾਈਕ ਨੂੰ ਪ੍ਰੈਸ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰੇਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਅਸੀਂ ਅੱਜ ਦਾ ਆਪਣਾ ਨੈਕਸਟ ਜਿਹੜਾ ਟੌਪਿਕ ਹੈਗਾ ਟਰਾਂਸਫਾਰਮਰ ਦਾ ਉਹ ਕਵਰ ਕਰਾਂਗੇ। ਅਤੇ ਜੋ ਕੋਈ ਬੱਚਾ PSPCL ਅਪ੍ਰੈਂਟਿਸ਼ਿਪ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਐਪ ਦਾ ਲਿੰਕ ਦਿੱਤਾ ਗਿਆ ਅਤੇ ਵਟਸਐਪ ਦਾ ਲਿੰਕ ਵੀ ਦਿੱਤਾ ਗਿਆ, ਉਹ ਲਿੰਕ ਤੋਂ ਤੁਸੀਂ ਜੁਆਇਨ ਹੋ ਸਕਦੇ ਹੋ। ਅਤੇ MCQ ਦੇ ਬੈਚ ਨੇ ਆਪਣੇ PSPCL ਅਪ੍ਰੈਂਟਿਸ਼ਿਪ ਦੇ ਲਈ, ਅਤੇ ਹੋਰ ਵੀ ਬੈਚ ਨੇਗੇ। ਤੁਸੀਂ ਆਪਣੇ ਐਪ 'ਤੇ ਵਿਜਿਟ ਕਰਕੇ ਸਾਰੇ ਬੈਚ ਆਪਣਾ ਪਰਚੇਜ ਕਰ ਸਕਦੇ ਹੋ, ਦੇਖ ਸਕਦੇ ਹੋ। ਬਹੁਤ ਵਧੀਆ ਤਰੀਕੇ ਨਾਲ ਪੰਜਾਬੀ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ, ਬਹੁਤ ਹੀ ਬੈਸਟ ਤਰੀਕੇ ਦੇ ਨਾਲ, ਇਕੱਲੀ ਇਕੱਲੀ ਗੱਲ ਸਮਝਾਈ ਜਾਂਦੀ ਹੈ ਪ੍ਰੋਪਰ ਪਿਓਰ ਤਰੀਕੇ ਦੇ ਨਾਲ ਜੀ। ਅਤੇ ਨੈਕਸਟ ਆਪਾਂ ਫਿਰ ਅੱਜ ਟਰਾਂਸਫਾਰਮਰ ਦਾ ਨੈਕਸਟ ਭਾਗ ਪੜ੍ਹਾਂਗੇ। ਜੇ ਕੋਈ ਡਾਊਟ ਹੈ ਕਿਸੇ ਬੱਚੇ ਨੂੰ, ਬਈ ਆਪਣੇ ਸਕਰੀਨ 'ਤੇ ਤੁਹਾਨੂੰ ਨੰਬਰ ਦਿਖ ਰਿਹਾ ਹੋਊਗਾ, ਉਹ ਨੰਬਰ 'ਤੇ ਤੁਸੀਂ ਕੋਈ ਕਾਲ ਕਰਕੇ ਕੁਛ ਵੀ ਕੋਈ ਕਿਊਰੀ ਹੈ ਤਾਂ ਉਹ ਪੁੱਛ ਸਕਦੇ ਹੋਗੇ। ਅਤੇ ਆਪਾਂ ਨੇ ਪੜ੍ਹਿਆ ਸੀ ਵੀ ਸਾਰਿਆਂ ਤੋਂ ਪਹਿਲਾਂ ਵਪਾਰਕ ਆਧਾਰ 'ਤੇ ਟਰਾਂਸਫਾਰਮਰ ਦਾ ਵਰਗੀ ਹੁਣ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਅਤੇ ਪਾਵਰ ਟਰਾਂਸਫਰ। ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਕਿਹੜੇ ਹੁੰਦੇ ਨੇਗੇ, 5 KV ਤੋਂ 2500 KV ਤੱਕ ਜਾਂ 2000 KV ਤੱਕ, ਠੀਕ ਹੈ। ਇਹ ਡੈਲਟਾ ਸਟਾਰ ਪ੍ਰਕਾਰ ਦੇ ਹੁੰਦੇ ਨੇਗੇ, ਸਬ ਸਟੇਸ਼ਨ ਤੋਂ ਬਾਅਦ ਡਿਸਟ੍ਰੀਬਿਊਸ਼ਨ ਲਾਈਨਾਂ ਦੇ ਲਈ ਇਹਨੂੰ ਪ੍ਰਯੋਗ ਕਰਦੇ ਹਾਂ, ਸਟੈਪ ਡਾਊਨ ਪ੍ਰਕਾਰ ਦੇ ਹੁੰਦੇ ਨੇ। ਪਾਵਰ ਟਰਾਂਸਫਾਰਮਰ ਕਿਹੜੇ ਹੁੰਦੇ ਨੇ, 2000 KV ਤੋਂ ਜਾਂ 2500 KV ਤੋਂ ਲੈ ਕੇ 20000 KV ਤੱਕ, ਇਹ ਸਟਾਰ ਡੈਲਟਾ ਪ੍ਰਕਾਰ ਦੇ ਹੁੰਦੇ ਨੇ। ਇਹ ਟਰਾਂਸਮਿਸ਼ਨ ਲੈਣ ਦੇ ਲਈ ਪ੍ਰਯੋਗ ਕੀਤੇ ਜਾਣਗੇ, ਇਹ ਸਟੈਪ ਅਪ ਅਤੇ ਸਟੈਪ ਡਾਊਨ ਦੋਨਾਂ ਦੇ ਲਈ ਪ੍ਰਯੋਗ ਕੀਤੇ ਜਾਣਗੇ ਜਿਹੜੇ ਪਾਵਰ ਟਰਾਂਸਫਾਰਮਰ। ਇਹ ਆਪਾਂ ਨੇ ਪੜ੍ਹ ਲਿਆ ਸੀ ਬਈ। ਮਾਪਣ ਦੇ ਆਧਾਰ 'ਤੇ ਟਰਾਂਸਫਾਰਮਰ ਦਾ ਵਰਗੀਕਰਨ 2 ਪ੍ਰਕਾਰ ਦਾ ਸੀਗਾ, ਸੀਟੀ ਕਰੰਟ ਟਰਾਂਸਫਾਰਮਰ ਅਤੇ ਐਮੀਮੀਟਰ ਸੈਕੰਡਰੀ ਵਾਇੰਡਿੰਗ ਦੇ ਨਾਲ ਜੁੜਿਆ ਹੁੰਦਾ ਹੈਗਾ। ਕੰਮ ਕੀ ਹੁੰਦਾ ਹੈਗਾ, ਉੱਚ ਹਾਈ ਕਰੰਟ ਨੂੰ ਮਾਪਣਾ, ਵੋਲਟੇਜ ਨੂੰ ਸਟੈਪ ਅਪ ਕਰਨਾ, ਕਰੰਟ ਨੂੰ ਕਰਨਾ ਸਟੈਪ ਡਾਊਨ ਕਰਨਾ। ਤੀਸਰਾ ਪੁਆਇੰਟ ਕੀ ਹੈਗਾ, ਟਰਾਂਸਮਿਸ਼ਨ ਦੇ ਡਿਸਟ੍ਰੀਬਿਊਸ਼ਨ ਲੈਣ ਦੇ ਵਿੱਚ ਹਾਈ ਕਰੰਟ ਨੂੰ ਮਾਪਣਾ, ਸਟੈਪ ਅਪ ਟਰਾਂਸਫਾਰਮਰ ਅਤੇ ਐਮੀਮੀਟਰ ਦੀ ਸਹਾਇਤਾ ਦੇ ਨਾਲ ਅਸੀਂ ਮਾਪ ਦਿਆਂਗੇ ਕਰੰਟ, ਇਹ ਪੜ੍ਹ ਲਏ ਸੀ ਵੀ ਆਪਾਂ ਨੇ ਸਾਰਾ। ਚੌਥਾ ਪੁਆਇੰਟ ਕੀ, ਇਹਦੇ ਵਿੱਚ ਇਸ 'ਚ ਸੈਕੰਡਰੀ ਵਾਇੰਡਿੰਗ ਨੂੰ ਖੁੱਲ੍ਹਾ ਨਹੀਂ ਰੱਖਿਆ ਜਾਂਦਾ, ਪ੍ਰਾਇਮਰੀ ਵਾਇੰਡਿੰਗ ਦੇ ਵਿੱਚ ਚੱਕਰਾਂ ਦੀ ਸੰਖਿਆ ਕੀ ਹੁੰਦੀ ਹੈ, 1 ਤੋਂ 5 ਹੁੰਦੀ ਹੈਗੀ। ਪੋਟੈਂਸ਼ੀਅਲ ਟਰਾਂਸਫਾਰਮਰ ਆ ਗਿਆ ਸੀਗਾ PT, ਕਿਹਨੂੰ ਮਾਪਣਾ, ਹਾਈ ਵੋਲਟੇਜ ਨੂੰ ਮਾਪਣਾ, ਉੱਚ ਵੋਲਟੇਜ ਨੂੰ ਮਾਪਣਾ, ਠੀਕ ਹੈ। ਇਸ ਲਈ ਸਟੈਪ ਡਾਊਨ ਟਰਾਂਸਫਾਰਮਰ ਦਾ ਯੂਜ ਕਰ ਦੇਂਗੇ। ਵੋਲਟਮੀਟਰ ਦੀ ਜਿਹੜੀ ਰੇਂਜ ਹੁੰਦੀ ਹੈਗੀ ਉਹ ਕਿੰਨੀ ਹੁੰਦੀ ਬਈ, 0 ਤੋਂ ਲੈ ਕੇ 110 ਵੋਲਟ ਹੁੰਦੀ ਹੈਗੀ। ਵੋਲਟਮੀਟਰ ਦੀ ਸਹਾਇਤਾ ਦੇ ਨਾਲ ਅਨੁਪਾਤਿਕ ਸਕੇਲ ਦੁਆਰਾ ਮਾਪਣਾ, ਇਸ ਦੇ ਵਿੱਚ ਕਿੰਨਾ ਹੈਗਾ, ਸੈਕੰਡਰੀ ਵਾਇੰਡਿੰਗ ਦੇ ਵਿੱਚ ਚੱਕਰਾਂ ਦੀ ਸੰਖਿਆ 1 ਤੋਂ 5 ਰੱਖੀ ਜਾਂਦੀ ਹੈ। ਅੱਗੇ ਟੰਗ ਟੈਸਟਰ ਆ ਗਿਆ ਸੀਗਾ, ਹੋਰ ਨਾ ਕੀ ਆ ਗਿਆ ਸੀ, ਇਹਦਾ ਕਲੈਂਪ ਔਨ ਮੀਟਰ। ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਦੇ ਵਿੱਚ ਚੱਲਦੀ ਲੈਣ ਦੇ ਵਿੱਚ ਕਰੰਟ ਨੂੰ ਮਾਪਣ ਦਾ ਕੰਮ ਕੌਣ ਕਰਦਾ ਜੀ, ਕਲੈਂਪ ਔਨ ਮੀਟਰ ਕਰਦਾ ਹੈ। ਐਮੀਮੀਟਰ ਸੈਕੰਡਰੀ ਵਾਇੰਡਿੰਗ ਦੇ ਨਾਲ ਜੁੜਿਆ ਹੁੰਦਾ ਹੈਗਾ। ਸਿਧਾਂਤ ਕਿਹੜੇ ਦੇ ਕੰਮ ਕਰਦਾ ਜੀ, ਮਿਊਚੁਅਲ ਇੰਡਕਸ਼ਨ ਦੇ ਸਿਧਾਂਤ ਦੇ ਕੰਮ ਕਰਦਾ ਹੈ। ਓਕੇ ਬਾਈ, ਚਲੋ ਅੱਜ ਆਪਾਂ ਇਸ ਤੋਂ ਅੱਗੇ ਪੜ੍ਹਾਂਗੇ ਸ਼ੀਤਲਨ ਪ੍ਰਣਾਲੀ ਦੇ ਆਧਾਰ 'ਤੇ ਟਰਾਂਸਫਾਰਮਰ ਦਾ ਵਰਗੀਕਰਨ। ਚਲੋ ਅੱਗੇ ਆਪਾਂ ਗੱਲ ਕਰਦੇ ਹਾਂ ਅੱਜ ਦੀ ਆਪਣੀ ਟੌਪਿਕ ਦੀ। ਅੱਗੇ ਸ਼ੀਤਲਨ ਪ੍ਰਣਾਲੀ ਦੇ ਆਧਾਰ 'ਤੇ ਟਰਾਂਸਫਾਰਮਰ ਦਾ ਵਰਗੀਕਰਨ ਜੀ, ਠੀਕ ਹੈ। ਸ਼ੀਤਲਨ ਪ੍ਰਣਾਲੀ ਦੇ ਆਧਾਰ 'ਤੇ, ਠੰਡਾ ਕਰਨ ਵਾਲੀ ਪ੍ਰਣਾਲੀ ਦੇ ਆਧਾਰ 'ਤੇ ਟਰਾਂਸਫਾਰਮਰ ਦਾ ਵਰਗੀਕਰਨ ਕਿਵੇਂ ਕਰਾਂ। ਪਹਿਲੀ ਵਿਧੀ ਕਿਹੜੀ ਹੈ ਸਾਡੇ ਕੋਲ ਜੀ, ਨੈਚੁਰਲ ਕੁਦਰਤੀ ਤੌਰ 'ਤੇ ਸ਼ੀਤਲਨ ਕਰਨ ਵਾਲੀ ਵਿਧੀ। ਨੈਚੁਰਲ ਤੌਰ 'ਤੇ ਠੰਡਾ ਕਰਨ ਵਾਲੀ ਵਿਧੀ ਦਾ ਮਤਲਬ ਕੀ ਹੈ ਜੀ, ਆਪਣੇ ਆਪ ਠੰਡਾ ਹੋਣਾ। ਨੈਚੁਰਲ ਦਾ ਮਤਲਬ ਕੀ ਹੈ, ਕੁਦਰਤੀ ਤੌਰ 'ਤੇ ਸ਼ੀਤਲਨ ਕਿਹੜੀ ਪ੍ਰਣਾਲੀ ਹੈ, ਇਹਦੇ ਵਿੱਚ ਕੀ ਹੁੰਦਾ ਹੈਗਾ, ਆਪਣੇ ਆਪ ਠੰਡਾ ਹੁੰਦਾ ਟਰਾਂਸਫਾਰਮਰ, ਠੀਕ ਹੈ। ਚਲੋ ਇਹਦੇ ਵਿੱਚ ਕਿਹੜੇ ਟਰਾਂਸਫਾਰਮਰ ਆ ਜਾਂਦੇ ਨੇਗੇ, ਇਹ ਸਭ ਤੋਂ ਘੱਟ ਸਮਰੱਥਾ ਵਾਲੇ ਹੁੰਦੇ ਨੇ, ਠੀਕ ਹੈ। ਜਿਹੜੇ ਨੈਚੁਰਲ ਤੌਰ 'ਤੇ ਠੰਡੇ ਹੁੰਦੇ ਨੇ ਨਾ ਟਰਾਂਸਫਾਰਮਰ, ਉਹ ਕਿਹੜੇ ਹੁੰਦੇ ਨੇ ਬਈ, ਸਭ ਤੋਂ ਘੱਟ ਸਮਰੱਥਾ ਵਾਲੇ ਹੁੰਦੇ ਨੇ, ਠੀਕ ਹੈ। ਕਿੰਨੇ KV ਤੱਕ ਹੁੰਦੇ ਨੇਗੇ, 5 KV ਤੱਕ ਹੁੰਦੇ ਨੇ, ਜਿਹੜੇ ਨੈਚੁਰਲ ਤੌਰ 'ਤੇ ਸ਼ੀਤਲਨ ਹੁੰਦੇ ਨੇ, ਆਪਣੇ ਆਪ ਠੰਡੇ ਹੁੰਦੇ ਨੇ। ਓਕੇ ਜੀ, ਚਲੋ ਦੂਸਰੇ ਪੁਆਇੰਟ 'ਤੇ। ਦੂਸਰਾ ਪੁਆਇੰਟ ਕੀ ਹੈ ਜੀ, ਤੇਲ ਦੁਆਰਾ ਠੰਡਾ ਕਰਨ ਵਾਲੇ ਟਰਾਂਸਫਾਰਮਰ।
ਤੇਲ ਦੁਆਰਾ ਠੰਡਾ ਕਰਨ ਵਾਲੇ ਟਰਾਂਸਫਾਰਮਰ ਸਭ ਤੋਂ ਜ਼ਿਆਦਾ ਇਹਨਾਂ ਦਾ ਹੀ ਉਪਯੋਗ ਕੀਤਾ ਜਾਂਦਾ ਹੈ ਜੀ, ਤੇਲ ਦੁਆਰਾ ਠੰਡਾ ਕਰਨ ਵਾਲੇ ਟਰਾਂਸਫਾਰਮਰ। ਓਕੇ, ਤਾਂ ਸਭ ਤੋਂ ਜ਼ਿਆਦਾ ਉਪਯੋਗ ਕੀਤਾ ਜਾਂਦਾ ਕਿੱਥੇ ਕੀਤਾ ਜਾਂਦਾ ਜੀ, ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੇ ਵਿੱਚ ਇਹਦਾ ਉਪਯੋਗ ਕੀਤਾ ਜਾਂਦਾ ਹੈਗਾ, ਤੇਲ ਦੁਆਰਾ ਠੰਡਾ ਕਰਨ ਵਾਲੇ ਟਰਾਂਸਫਾਰਮਰ। ਓਕੇ ਜੀ, ਅੱਛਾ, ਕਿੰਨੇ ਕੇਵੀ ਤੱਕ ਜਾਂ ਐਮਬੀ ਤੱਕ ਕੀਤਾ ਜਾਂਦਾ ਜੀ, ਐਮਬੀ ਤੱਕ ਕੀਤਾ ਜਾਂਦਾ ਹੈਗਾ, 2 MB ਤੱਕ ਜੀ। ਠੀਕ ਹੈ, 2 MB ਤੱਕ ਕੀਤਾ ਜਾਂਦਾ ਹੈਗਾ। ਐਮਬੀ ਦਾ ਮਤਲਬ ਕੀ ਹੈਗਾ, ਮੈਗਾ ਵੋਲਟ ਐਮਪੀਅਰ। ਠੀਕ ਹੈ ਜੀ, ਮੈਗਾ ਵੋਲਟ ਐਮਪੀਅਰ ਉਹ ਕਿਲੋ ਸੀਗਾ, ਇਹ ਕੀ ਹੈ ਸਾਡੇ ਕੋਲ, ਮੈਗਾ ਵੋਲਟ ਐਮਪੀਅਰ। ਠੀਕ ਹੈ ਜੀ, ਚਲੋ ਤੀਸਰਾ ਜੀ, ਪਾਣੀ ਦੁਆਰਾ ਠੰਡਾ ਕਰਨ ਵਾਲੇ ਜਲ ਦੁਆਰਾ ਸ਼ੀਤਲਨ ਪ੍ਰਣਾਲੀ, ਪਾਣੀ ਦੁਆਰਾ ਠੰਡਾ ਕਰਨ ਵਾਲੇ ਇਹਨਾਂ ਦਾ ਅਸੀਂ ਕਿੱਥੇ ਯੂਜ ਕਰਦੇ ਹਾਂ ਬਈ, ਸਬ ਸਟੇਸ਼ਨ ਤੇ ਉਪਯੋਗ ਕਰਦੇ ਹਾਂ, ਗ੍ਰਿੱਡਾਂ ਤੇ ਯੂਜ ਕਰਦੇ ਹਾਂ, GSS ਗ੍ਰਿੱਡ ਸਬ ਸਟੇਸ਼ਨ ਤੇ ਉਪਯੋਗ ਕਰਦੇ ਹਾਂ। ਕਿਹਦਾ, ਪਾਣੀ ਦੁਆਰਾ ਸ਼ੀਤਲਨ ਵਾਲੇ ਟਰਾਂਸਫਾਰਮਰ। ਠੀਕ ਹੈ, ਕਿੰਨੀ ਰੇਂਜ ਹੁੰਦੀ ਹੈ ਜੀ, 500 KV ਤੱਕ ਇਹਨਾਂ ਦੀ ਰੇਂਜ ਹੁੰਦੀ ਹੈ। ਠੀਕ ਹੈ, 500 KV ਤੱਕ ਜਿਹੜਾ ਠੰਡੇ ਕਰਨ ਵਾਲੇ ਟਰਾਂਸਫਾਰਮਰ ਦੇ ਉਹ ਪਾਣੀ ਦੁਆਰਾ ਹੁੰਦੇ ਨੇਗੇ। ਠੀਕ ਹੈ, ਕਿੱਥੇ ਪ੍ਰਯੋਗ ਕਰਦੇ ਹਾਂ ਜੀ, ਸਬ ਸਟੇਸ਼ਨ ਤੇ ਪ੍ਰਯੋਗ ਕਰਦੇ ਹਾਂ। ਓਕੇ, ਜਿੱਥੇ SSC ਦੀ ਡਿਊਟੀ ਹੁੰਦੀ ਹੈ ਬਈ। ਓਕੇ ਜੀ, ਚਲੋ ਚੌਥਾ ਪੁਆਇੰਟ, ਏਅਰ ਬਲਾਸਟ ਸ਼ੀਤਲਨ। ਏਅਰ ਬਲਾਸਟ ਸ਼ੀਤਲਨ, ਏਅਰ ਬਲਾਸਟ ਸ਼ੀਤਲਨ ਦੇ ਵਿੱਚ ਕੀ ਹੁੰਦਾ ਬਈ, ਵਾਯੂ ਦਾਬ ਜਾਂ ਪ੍ਰੈਸ਼ਰ ਦੁਆਰਾ ਠੰਡਾ ਕਰਨਾ, ਵਾਯੂ ਦਾਬ ਜਾਂ ਪ੍ਰੈਸ਼ਰ ਦੁਆਰਾ ਠੰਡਾ ਕਰਨਾ। ਠੀਕ ਹੈ, ਕਿਵੇਂ ਠੰਡੇ ਹੁੰਦੇ ਨੇ, ਇਹਦੇ ਵਿੱਚ ਬਲੋਰ ਫੈਨ ਲਗਾ ਕੇ। ਠੀਕ ਹੈ, ਏਅਰ ਬਲਾਸਟ ਕਿਵੇਂ ਦੇਵਾਂਗੇ ਅਸੀਂ, ਬਲੋਰ ਜਿਹੜੇ ਫੈਨ ਲੱਗੇ ਹੁੰਦੇ ਨੇ ਨਾ, ਪੱਖੇ ਲੱਗੇ ਹੁੰਦੇ ਨੇ, ਬਲੋਰ ਫੈਨ ਲਗਾ ਕੇ ਬਈ ਉਹਦੇ ਦੁਆਰਾ ਪ੍ਰੈਸ਼ਰ ਜਾਂ ਵਾਯੂ ਦਾਬ ਦੁਆਰਾ ਠੰਡਾ ਕਰਨਾ, ਏਅਰ ਬਲਾਸਟ ਸ਼ੀਤਲਨ ਪ੍ਰਣਾਲੀ ਦੇ ਅਧੀਨ ਆ ਜਾਂਦੇ ਨੇ ਟਰਾਂਸਫਾਰਮਰ। ਠੀਕ ਹੈ, ਚਲੋ ਪੰਜਵਾਂ ਪੁਆਇੰਟ, ਆਇਲ ਬਲਾਸਟ ਠੰਡਾ ਕਰਨ ਵਾਲੀ ਵਿਧੀ ਜਾਂ ਆਇਲ ਬਲਾਸਟ ਕੂਲੈਂਟ, ਉੱਚ ਸਮਰੱਥਾ ਵਾਲੇ ਟਰਾਂਸਫਾਰਮਰ, ਇਹ ਵਿਧੀ ਜਾਂ ਉੱਚ ਸਮਰੱਥਾ ਵਾਲੇ ਟਰਾਂਸਫਾਰਮਰਾਂ ਦੇ ਵਿੱਚ ਇਸੇ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਜੀ, ਕਿਹੜੀ ਵਿਧੀ ਦਾ, ਆਇਲ ਬਲਾਸਟ ਕੂਲੈਂਟ ਵਿਧੀ ਦਾ। ਠੀਕ ਹੈ, ਆਇਲ ਬਲਾਸਟ ਕੂਲੈਂਟ ਵਿਧੀ ਦੇ ਵਿੱਚ ਕਿਹੜੇ ਟਰਾਂਸਫਾਰਮਰ ਆ ਜਾਂਦੇ ਨੇ, ਉੱਚ ਸਮਰੱਥਾ ਵਾਲੇ ਟਰਾਂਸਫਾਰਮਰ ਆ ਜਾਂਦੇ ਨੇ। ਠੀਕ ਹੈ ਜੀ, ਚਲੋ ਬਈ ਨੈਕਸਟ ਚੱਲਦੇ ਹਾਂ ਅਗਲੇ ਪੁਆਇੰਟ ਤੇ। ਚਲੋ ਨੈਕਸਟ ਕਿਹਦੇ ਬਾਰੇ ਗੱਲ ਕਰਾਂਗੇ ਅਸੀਂ, ਟਰਾਂਸਫਾਰਮਰ ਦੇ ਤੇਲ ਦੇ ਬਾਰੇ ਗੱਲ ਕਰਾਂਗੇ। ਨੈਕਸਟ ਕਿਹਦੇ ਬਾਰੇ ਗੱਲ ਕਰਾਂਗੇ ਬਈ, ਤੇਲ ਦੇ ਟਰਾਂਸਫਾਰਮਰ ਦੇ ਤੇਲ ਬਾਰੇ ਗੱਲ ਕਰਾਂਗੇ। ਠੀਕ ਹੈ, ਚਲੋ ਪਹਿਲਾ ਪੁਆਇੰਟ ਕੀ ਹੈ ਇਹਦੇ ਵਿੱਚ, ਟਰਾਂਸਫਾਰਮਰ ਤੇਲ ਦਾ ਗੁਣ ਕੀ ਹੋਣਾ ਚਾਹੀਦਾ ਜੀ, ਗੁਣ ਕੀ ਹੋਣਾ ਚਾਹੀਦਾ ਟਰਾਂਸਫਾਰਮਰ ਦੇ ਤੇਲ ਦਾ, ਸ਼ੀਤਲਨ ਦਾ ਗੁਣ ਹੋਣਾ ਚਾਹੀਦਾ ਇਹਦੇ ਵਿੱਚ, ਕੂਲਿੰਗ ਦਾ ਗੁਣ ਹੋਣਾ ਚਾਹੀਦਾ, ਅਤੇ ਬਿਜਲੀ ਰੋਧਕ ਵੀ ਹੋਣਾ ਚਾਹੀਦਾ ਹੈਗਾ, ਇੱਕ ਇੰਸੂਲੇਸ਼ਨ ਵੀ ਹੋਣਾ ਚਾਹੀਦਾ ਉਹ। ਠੀਕ ਹੈ, ਸ਼ੀਤਲਨ ਦਾ ਗੁਣ ਵੀ ਹੋਣਾ ਚਾਹੀਦਾ ਹੈ, ਬਿਜਲੀ ਰੋਧਕ ਦਾ ਗੁਣ ਵੀ ਉਹਦੇ ਵਿੱਚ ਹੋਣਾ ਚਾਹੀਦਾ ਜੀ। ਠੀਕ ਹੈ ਬਈ, ਦੂਸਰਾ ਪੁਆਇੰਟ ਕੀ ਹੈ ਜੀ, ਦੂਸਰਾ ਪੁਆਇੰਟ ਕੀ ਹੈ ਜੀ, ਉਹਦੇ ਵਿੱਚ ਜਿਹੜੀ ਡਾਈਇਲੈਕਟ੍ਰਿਕ ਸਟਰੈਂਥ ਹੈ ਉਹ ਕਿੰਨੀ ਹੋਣੀ ਚਾਹੀਦੀ ਬਈ, 30 KV mm ਤੋਂ 40 KV mm ਤੱਕ ਹੋਣੀ ਚਾਹੀਦੀ ਹੈ ਜੀ। ਠੀਕ ਹੈ, ਜਾਂ ਉਹਦੀ ਕਹਿੰਦੇ ਨਾ ਸਾਨੂੰ ਟਰਾਂਸਫਾਰਮਰ ਤੇਲ ਦੀ ਜਿਹੜੀ ਰੇਂਜ ਹੁੰਦੀ ਹੈ ਉਹ ਕਿੰਨੀ ਹੋਊਗੀ ਜੀ, ਡਾਈਇਲੈਕਟ੍ਰਿਕ ਸਟਰੈਂਥ ਕਿੰਨੀ ਹੋਊਗੀ ਅਤੇ ਰੇਂਜ ਕਿੰਨੀ ਹੋਊਗੀ, 30 KV mm ਤੋਂ 40 KV mm। ਜਿਹੜਾ 30 KV mm ਹੁੰਦਾ ਹੈਗਾ ਉਹ ਕਿਹੜਾ ਤੇਲ ਹੁੰਦਾ ਹੈ ਜੀ, ਅਨਫਿਲਟਰ ਤੇਲ ਹੁੰਦਾ ਹੈ। ਜਿਹੜਾ ਫਿਲਟਰ ਤੋਂ ਬਾਅਦ ਵਾਲਾ ਤੇਲ ਹੁੰਦਾ ਹੈਗਾ ਉਹਦੀ ਸਟਰੈਂਥ ਕਿੰਨੀ ਹੁੰਦੀ ਹੈ, 40 KV mm ਹੁੰਦੀ ਹੈ ਜੀ। ਠੀਕ ਹੈ, ਚਲੋ ਅਗਲੇ ਪੁਆਇੰਟ ਦੇ ਵਿੱਚ ਕੀ ਹੈ ਜੀ, ਚੰਗੇ ਟਰਾਂਸਫਾਰਮਰ ਦੇ ਵਿੱਚ ਕੀ ਹੁੰਦਾ ਹੈਗਾ, 40 KV mm ਹੋਣੀ ਚਾਹੀਦੀ ਹੈ ਜੀ, ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੈਗੀ। ਠੀਕ ਹੈ, ਟਰਾਂਸਫਾਰਮਰ ਤੇਲ ਦੀ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਚੰਗੇ ਟਰਾਂਸਫਾਰਮਰ ਦੇ ਵਿੱਚ ਕਿੰਨੀ ਹੋਊਗੀ ਜੀ, 40 KV mm ਹੋਣੀ ਚਾਹੀਦੀ ਹੈ ਜਾਂ ਹੁੰਦੀ ਹੈ। ਓਕੇ, ਅਗਲੇ ਪੁਆਇੰਟ ਤੇ ਆ ਜਾਓ ਬਈ,
अगला पॉइंट की है फ्लैशिंग पॉइंट या फ्लैश पॉइंट। इन्हों असी फ्लैशिंग भी कह देने, फ्लैश पॉइंट भी कह देने, जां प्रज्वलन बिंदु भी कह देने जिन्हों असी, ठीक है। इन्हों असी होर की नाम दे देने, प्रज्वलन बिंदु कह देने, ठीक है। तेल का जो प्रज्वलन बिंदु है वो किन्ने डिग्री होंगे जी, 140 डिग्री सेल्सियस होंगे, ठीक है। की होंगे गा 140 डिग्री सेल्सियस होंगे, ओके। चलो तेल के प्रकार केड़े केड़े ने जी, तेल के साथ दो प्रकार ने जी, खनिज तेल जां सिंथेटिक तेल, ठीक है। तेल किन्ने प्रकार का है, दो प्रकार का जी, खनिज तेल या सिंथेटिक तेल। खनिज तेल कितों मिलता है सानू, पेट्रोलियम प्रकार का होंगे गा, जां पेट्रोलियम तो मिलता है सानू जो खनिज तेल मिलता, ठीक है। कलर केड़ा होंगे जी, का पीले पीले रंग का होंगे, जां पीला कलर होंगे खनिज तेल, ओके जी। चलो भाई अगले पॉइंट, सिंथेटिक तेल। सिंथेटिक तेल दे विच की हुंदा है, कित्थों मिलता है सानू जी, हाइड्रोकार्बन प्लस सिलीकॉन का, ठीक है। सिंथेटिक तेल दे विच की हुंदा है, साडे कोल हाइड्रोकार्बन हुंदी है ते सिलीकॉन हुंदी है भाई, ठीक है। महंगा हुंदा भाई थोड़ा जिहा, जिहड़ा सिंथेटिक तेल हुंदा है सुरंग दे विच जां खाना दे विच यूज करदे आ सिंथेटिक तेल, ठीक है भाई। सिंथेटिक तेल नूं कित्थे यूज करांगे जी, सुरंग दे विच जां खाना दे विच। सिंथेटिक तेल कदा मिश्रण हुंदा हैगा, हाइड्रोकार्बन ते सिलिकन का मिश्रण होता है, हाइड्रोकार्बन ते सिलिकन का मिश्रण होता है सिंथेटिक तेल। एक होंगे सारे को शाइनता होंगी है ना, एक शाइनता होंगी सारे को विस्कोसिटी होंगी भाई, जी विस्कोसिटी है ना वो घट होनी चाहिए कि तेल, ठीक है। जी शाइनता है ना वो की होनी चाहिए कि घट होनी चाहिए, कि तेल की विस्कोसिटी घट होनी चाहिए, डायलैक्टर स्ट्रेंथ की उच्च होनी चाहिए, विस्कोसिटी की होनी चाहिए घट होनी चाहिए जी, ओके भाई। चलो अगे आ जाओ अगले पॉइंट, अगे आ गया जी साढ़े कोले आटो ट्रांसफार्मर। अगे कहड़ा ट्रांसफार्मर आ गया जी साढ़े कोले, आटो ट्रांसफार्मर, ओके। पहला पॉइंट की कहना, आटो ट्रांसफार्मर दे विच, आटो ट्रांसफार्मर दे विच जिहड़ा पहला पॉइंट है साडा, कुछ वाइंडिंग है जिहड़ी, सॉरी कुछ नहीं कुल, ठीक है। कुल वाइंडिंग की हुंदी इक हुंदी है भाई, इहदे विच आटो ट्रांसफार्मर दे विच की हुंदी कि कुल वाइंडिंग हुंदी ना इक ही हुंदी है इहदे विच, ठीक है जी। किहड़े सिधांत ते काम करदा जी, सैल्फ इंडक्शन दे सिधांत ते काम करदा ट्रांसफार्मर जिहड़ा आटो ट्रांसफार्मर, ओके। किहदे सिधांत ते काम करदा बई, सैल्फ इंडक्शन दे सिधांत ते काम करदा। दूसरा पॉइंट की है जी, ऊर्जा का रूपांतरण करदा हैगा, ठीक है। ऊर्जा का की करदा हैगा, रूपांतरण किहड़ी कंडीशन दे विच करदा हैगा, चालन अते प्रेरण द्वारा, कंडक्शन अते इंडक्शन विधि द्वारा की करदा हैगा, ऊर्जा का रूपांतरण करता है कौन जी, ऑटो ट्रांसफॉर्म। चलो भाई नेक्स्ट इधर पढ़ लाने पहला भाई, सिद्धांत की है सेल्फ इंडक्टेंस या सेल्फ इंडक्शन, ओके। सिद्धांत की है सेल्फ इंडक्टेंस या सेल्फ इंडक्शन जी, ठीक है, ओके। इस दे विच की होंदा एक ही वेंडिंग होंदी है जी, ठीक है। इस विच की होंदा बई, एक ही वेंडिंग होंदी है, उन्हें टेपिंग किया होंदा, ठीक है। उन्हें की होंदा है, टेपिंग किया होंदा, ओके। जिस कारण की होंदा है, इहदे कॉपर हानि बहुत घट होंदी है बई, कॉपर हानि की होंदी है बहुत घट होंदी है जी। इहदी जिहड़ी कार्ज कुशलता है, जिहड़ी एफिशिएंसी है जी, वो की होंदी है कि उच्च होंदी है जी। इहदी कार्ज कुशलता जिहड़ी एफिशिएंसी होंदी है जी, वो भी की होंदी है बहुत उच्च होंदी है जी, ठीक है बई। चलो ये साढ़े को जी स्टैप डाउन ट्रांसफार्मर है, एक ये साढ़े को स्टैप डाउन ट्रांसफार्मर है, ठीक है। आ साढ़े को इक्के वेंडिंग है जी, ठीक है। एक ये भाई इक्के वेंडिंग है जी साढ़े को, ठीक है जी। ठीक एक वेंडिंग है, तो एक ये साढ़े को एन वन है जी, ठीक है। एक ये साढ़े को एन वन है जी, तो ये की होगा एन वन माइनस एन टू हो जाएगा, ठीक है। एन टू की संख्या कितनी है जी, इधरले पास आएगी थोड़ी जी, एन टू की संख्या, ठीक है। पूरा
पूरी वेंडिंग जी प्राइमरी तरह काम करूगी जी, ये स्टेप डाउन दे विच वही स्टेप डाउन दे विच की होंगे पूरी वेंडिंग है जी प्राइमरी तरह काम कर दी कि कुछ क भाग होंगे जरा यदा ठीक है थोड़ा जहा भाग इन्ना क भाग ला लो वो कि तरह काम करूगा सेकेंडरी की तरह काम करता है स्टेप डाउन दे विच। ठीक है क्लियर है भाई पॉइंट। चलो स्टेप अप दे विच आ जाओ, स्टेप अप दे विच जी पूरी वेंडिंग होंगी है। ओके पूरी वेंडिंग होंगी जी वो किस तरह काम करती है भाई सेकेंडरी की तरह काम करती है क्योंकि इन्हें की करना है स्टेप अप करना है। ठीक है स्टेप अप दे विच कहिंदा टर्नां दी संख्या की होगी ज्यादा ही होगी जी। ठीक है तो कुछ का भाग किस तरह काम करता है भाई प्राइमरी वेंडिंग की तरह काम करता है। ठीक है जी कुछ का भाग है जरा वो प्राइमरी की तरह काम करता है जिहड़ा बाकी सारा भाग है वो किस तरह काम करूगा जी सेकेंडरी की तरह काम करूगा प्राइमरी की तरह काम करूगा इन्ना का भाग काम करूगा। ठीक है प्राइमरी की तरह की करूगा थोड़ा जहा भाग काम करूगा पूरी वेंडिंग है जी वो सेकेंडरी की तरह काम करूगी कि भाई स्टेप अप दे विच। ओके जी यही गल याद रखियो भाई। यूज कितने करते हैं जी आप यूज कितने करते हैं आटो ट्रांसफार्मर का इंडक्शन मोटर की गति कंट्रोल दे विच। ठीक है गल याद रखो भाई इंडक्शन मोटर की गति कंट्रोल दे विच आटो ट्रांसफार्मर का यूज करते हैं। दूसरा कितने करते हैं भाई स्टेपलाइजर के रूप दे विच भी आटो ट्रांसफार्मर का यूज करते हैं। ठीक है दूसरा कितने करते हैं स्टेबलाइजर के आटो ट्रांसफार्मर का यूज किया जाता है। और कितने करते हैं जी बूस्टर के रूप दे विच। बूस्टर का मतलब क्या होता है वोल्टेज नूं बढ़ाना। ठीक है बूस्टर का मतलब क्या होता है बूस्ट करना वोल्टेज नूं बढ़ाने के लिए असीं किहदा प्रयोग करते हैं भाई आटो ट्रांसफार्मर का यूज करते हैं। ओके जी चलो अगले पॉइंट पर चलते हैं भाई। ਅੱਜ ਲਈ ਵੀਡੀਓ ਇੰਨੀ ਹੀ ਰਹਿਣ ਦੇ ਆਪਣੀ ਹੈ ਨਾ, ਅੱਜ ਲਈ ਆਪਾਂ ਇੰਨੀ ਹੀ ਵੀਡੀਓ ਰਹਿਣ ਦੇ ਆ ਬਾਈ। ਬਾਕੀ ਜਿਹੜਾ ਵੀ ਭਾਗ ਰਹਿ ਗਿਆ ਸਾਡੇ ਕੋਲ ਨਾ ਸਾਰਾ ਕੰਜ਼ਰਵੇਟਰ ਟੈਂਕ ਤੋਂ ਲੈ ਕੇ ਨੀਚੇ ਤੱਕ ਸਾਰਾ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਲੀਅਰ ਕਰ ਦਾਂਗੇ ਸਾਰੇ ਦਾ ਸਾਰਾ ਬਾਈ। ਆਪਣੇ ਕੋਲ ਜਿਹੜਾ ਟਰਾਂਸਫਾਰਮਰ ਦਾ ਭਾਗ ਹੈ ਉਹ ਕੰਪਲੀਟ ਹੋ ਜਾਊਗਾ, ਕੱਲ੍ਹ ਨੂੰ ਆਪਾਂ ਨਾ ਸਾਰਾ ਨੈਕਸਟ ਜਿਹੜਾ ਵੀ ਰਹਿ ਗਿਆ ਉਹ ਕੰਪਲੀਟ ਕਰ ਦਾਂਗੇ ਸਾਰਾ ਭਾਗ ਬਾਈ ਨੀਚੇ। ਠੀਕ ਹੈ ਅਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਆਪਣੇ ਕੋਰਸ ਦੇ ਲਿੰਕ ਨੀਚੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਜੀ, ਤਾਂ ਉੱਥੋਂ ਤੁਸੀਂ ਜਾ ਕੇ ਕੋਰਸ ਆਪਣਾ ਜਿਹੜਾ ਪਰਚੇਜ਼ ਕਰ ਸਕਦੇ ਹੋ ਅਤੇ ਡਾਊਨਲੋਡ ਕਰ ਸਕਦੇ ਹੋ। ਬਿਲਕੁਲ ਵੀ ਲੋ ਪ੍ਰਾਈਸ ਦੇ ਨਾਲ ਨੇ ਜੀ, ਗੁੱਡ ਕੁਆਲਿਟੀ ਦੇ ਵਿੱਚ ਨੇ, ਚੰਗੀ ਕੁਆਲਿਟੀ ਦੇ ਵਿੱਚ ਕੋਰਸ ਆਪਣੇ ਅਵੇਲੇਬਲ ਨੇ ਜੀ ਐਪ 'ਤੇ ਵੀ। ਅਤੇ ਬਾਕੀ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ। ਸੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਓਕੇ ਥੈਂਕ ਯੂ, ਧੰਨਵਾਦ ਸਾਰਿਆਂ ਦਾ ਬਹੁਤ ਬਹੁਤ।